ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੈ, ਆਪ ਜੀ ਨੇ ਪਹਿਲਾਂ ਬੜੀਆਂ ਵੀਡੀਓ ਜਾਂ IPD ਦੇ ਵਿੱਚ ਆਪ ਜੀ ਨੇ ਬਚਨ ਬਿਲਾਸ ਸੁਣੇ ਆ। ਜੋ ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ ਸਾਡੇ ਸਤਿਕਾਰਯੋਗ ਸਿੰਘ ਸਾਹਿਬ, ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜੋ ਸਾਧ ਸੰਗਤ ਜੀ ਉਹਨਾਂ ਵੱਲੋਂ ਅਤੇ ਗੁਰੂ ਕੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਪਿਛਲੇ 2.5 ਮਹੀਨਿਆਂ ਤੋਂ ਲੈ ਕੇ 2 ਦਸੰਬਰ ਤੋਂ ਲੈ ਕੇ ਜੋ ਕੁੰਡਲੀ ਬਾਰਡਰ ਦੇ ਨੇੜੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਬਹੁਤ ਵੱਡੇ ਜਿੱਥੇ ਮੈਡੀਕਲ ਕੈਂਪ ਚੱਲ ਰਹੇ ਨੇ, 2 ਕੈਂਪ ਚੱਲ ਰਹੇ ਨੇ, ਇੱਕ ਰਸੋਈ ਢਾਬੇ ਕੋਲ ਅਤੇ ਇੱਕ ਇੱਥੇ, ਅਤੇ ਨਾਲ ਗੁਰੂ ਕੇ ਲੰਗਰ 24 ਘੰਟੇ ਚੱਲ ਰਹੇ ਨੇ, ਅਤੇ ਰੈਣ ਬਸੇਰਾ ਜੋ 250 ਸਿੰਘਾਂ ਦਾ, ਬਜ਼ੁਰਗਾਂ ਦਾ ਵਿਸਰਾਮ ਘਰ ਬਣਿਆ ਹੈ, ਜੋ ਬੜੀ ਇਹ ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੈ, ਜਿਨ੍ਹਾਂ ਦੇ ਵਿੱਚ ਸਾਡੇ ਕਿਸਾਨ ਬਚਾਓ ਮੋਰਚੇ ਦੇ ਭਾਈ ਕਿਰਪਾ ਸਿੰਘ ਨੱਥੂਵਾਲਾ, ਭਾਈ ਲਖਵਿੰਦਰ ਸਿੰਘ ਜੀ ਪੰਜਾਬ ਪ੍ਰਧਾਨ, ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਧਾਰਮਿਕ ਵਿੰਗ ਦੇ ਪੰਜਾਬ ਪ੍ਰਧਾਨ ਸੰਤ ਬਾਬਾ ਸਤਨਾਮ ਸਿੰਘ ਜੀ ਵਲੀਆਂ, ਜੋ ਉਹ ਵੀ 2 ਤਰੀਕ ਤੋਂ ਲੈ ਕੇ ਜਿਨ੍ਹਾਂ ਨੇ ਗੁਰੂ ਕੇ ਲੰਗਰਾਂ ਦੀ ਸੇਵਾ ਸੰਭਾਲ ਕਰ ਰਹੇ ਨੇ, ਸਾਰੀ ਜ਼ਿੰਮੇਵਾਰੀ ਸੰਭਾਲ ਰਹੇ ਨੇ, ਜੋ ਸਿੰਘ ਸਾਹਿਬ ਜੀ ਵੱਲੋਂ ਵੀ ਉਹਨਾਂ ਦੀ ਡਿਊਟੀ ਲਾਈ ਗਈ ਹੈ, ਉੱਥੇ ਸਾਡੇ ਫਿਰੋਜ਼ਪੁਰ ਦੇ ਜੋ ਸਾਡੇ ਧਾਰਮਿਕ ਵਿੰਗ ਦੇ ਪ੍ਰਧਾਨ ਨੇ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ, ਉਹ ਵੀ ਨਾਲ ਸਹਿਯੋਗ, ਉਹ ਵੀ ਬੜੀ ਤਨ ਮਨ ਧਨ ਦੇ ਨਾਲ ਹੀ ਇਹ ਸੇਵਾ ਨਿਭਾ ਰਹੇ ਨੇ। ਅਤੇ ਆਪ ਜੀ ਦਾ ਨਾਮ? ਹਾਂਜੀ, ਜਗਰੂਪ ਸਿੰਘ ਲੰਗੇ, ਭਾਈ ਜਗਰੂਪ ਸਿੰਘ ਜੀ ਲੰਗੇਆਣਾ, ਬਾਬਾ ਬੂਟਾ ਸਿੰਘ ਜੀ, ਭਾਈ ਲਖਬੀਰ ਸਿੰਘ ਜੀ ਰੋਡੇ, ਭਾਈ ਮਲਕੀਤ ਸਿੰਘ ਜੀ, ਭਾਈ ਹਰਦੇਵ ਸਿੰਘ ਜੀ, ਇਹ ਸਾਰੇ ਸਿੰਘ ਇਹ ਬੜੀ ਤਨ ਮਨ ਧਨ ਦੇ ਨਾਲ ਸੇਵਾ ਨਿਭਾ ਰਹੇ ਨੇ, ਅਤੇ ਸੰਤ ਬਾਬਾ ਸਤਨਾਮ ਸਿੰਘ ਜੀ ਇਹਨਾਂ ਨਾਲ ਨਿੱਜੀ ਪਿਆਰ ਹੈ। ਤੋ ਅੱਜ ਇੱਕ ਬੜੀ ਖੁਸ਼ੀ ਦੀ ਗੱਲ, ਮੈਂ ਇੱਕ ਬੇਨਤੀ ਕੈਮਰਾ ਮੈਂ ਨੂੰ ਕਰੂੰਗਾ ਕਿ ਅੱਜ ਬਾਬਾ ਜੀ ਦੀ ਰੀਸ ਸੀ, ਇਹ ਤਾਂ ਸ਼ੌਂਕ ਪੂਰੇ ਹੋ ਰਹੇ ਨੇ। ਆਹ ਵੇਖੋ ਹਰ ਤਰ੍ਹਾਂ ਦੀ ਜਲੇਬ, ਕਿੱਥੇ ਹਰਿਆ ਰੰਗ, ਤੁਹਾਨੂੰ ਮੈਂ ਪਾਉਂਗਾ ਕੈਮਰਾ ਮੈਨ ਨੂੰ ਵਿਖਾਓ, ਹਰਿਆ ਰੰਗ, ਖੱਟਾ ਰੰਗ, ਇਹ ਤਾਂ ਤਿਰੰਗਿਆਂ ਦੀ, ਇਹ ਤਾਂ ਤਿਰੰਗਿਆਂ ਦੀ ਕਹਿੰਦੇ ਵੀ ਬੇਅਦਬੀ ਕਰਦੇ, ਇਹ ਤਾਂ ਜਲੇਬ ਤਿਰੰਗੇ ਦੇ ਕੱਢ ਰਹੇ ਹਾਂ 3 ਤਰ੍ਹਾਂ ਦੇ, ਇਹ ਸਰਕਾਰ ਵੀ ਸੁਣ ਲਏ। ਇੱਥੇ ਜੋ ਹਲਵਾਈ ਸਿੰਘ ਨੇ ਬੜੀ ਮਾਣ ਅਤੇ ਭੈਣਾਂ ਸਾਡੀਆਂ ਬੀਬੀਆਂ ਲੰਗਰਾਂ ਦੀਆਂ ਸੇਵਾ ਨਿਭਾ ਰਹੀਆਂ ਨੇ, ਅਤੇ ਮੈਂ ਵਿਸ਼ੇਸ਼ ਤੌਰ 'ਤੇ ਦੱਸਣਾ ਚਾਹੁੰਦਾ ਹੈ, ਅੱਜ ਸੰਤ ਬਾਬਾ ਸਤਨਾਮ ਸਿੰਘ ਜੀ ਕਹਿੰਦੇ ਇਹ ਸਰਕਾਰ ਕਹਿੰਦੀ ਹੈ, ਲੋਕ ਗੋਦੀ ਮੀਡੀਆ ਕਹਿੰਦਾ ਤਿਰੰਗੇ ਦੀ ਇਹਨਾਂ ਬੇਅਦਬੀ ਕੀਤੀ ਆ, ਅਸੀਂ ਤਾਂ ਇੰਨਾ ਪਿਆਰ ਕਰਦੇ ਹਾਂ ਕਿ ਤਿਰੰਗੇ ਨੂੰ ਥਾਲਾਂ 'ਚ ਪਾ ਪਾ ਕੇ ਛਕਦੇ ਹਾਂ, ਵੇਖੋ ਕਿੰਨਾ ਸਤਿਕਾਰ ਕਰਦੇ ਹਾਂ। ਇਹ 3 ਤਰ੍ਹਾਂ ਦੀਆਂ ਅੱਜ ਜਲੇਬੀਆਂ ਜਿਹੜੀਆਂ ਨਿਕਲ ਰਹੀਆਂ ਨੇ, ਕੇਸਰੀ ਅਤੇ ਹਰੀ, ਇਹ ਚਿੱਟੀ ਕੇਸਰੀ ਅਤੇ ਹਰੀ, ਇਹ ਵੇਖੋ ਇਹ ਸੇਵਾ ਨਿਭਾ ਰਹੇ ਆ, ਅਤੇ ਨਾਲ ਜੋ ਇੱਧਰ ਪਕੌੜਿਆਂ ਦਾ ਲੰਗਰ ਵੀ ਚੱਲ ਰਿਹਾ ਸਵੇਰ ਤੋਂ, ਬ੍ਰੈਡ ਪਕੌੜੇ ਨਾਲ ਅੰਮ੍ਰਿਤੀ, ਅਤੇ ਸਾਡੇ ਹਲਵਾਈ ਸਿੰਘ ਵੀ ਵਿਚਾਰੇ ਬੜੇ ਪਿਆਰ ਦੇ ਸ਼ਰਧਾ ਨਾਲ ਸੇਵਾ ਨਿਭਾ ਰਹੇ ਨੇ। ਉੱਥੇ ਅੱਜ ਇਹ ਜਥੇਬੰਦੀ ਵੱਲੋਂ ਜੋ ਸਟੇਜ 'ਤੇ ਵੀ ਅੱਜ ਸੰਗਰਾਂਦ ਦਾ ਦਿਹਾੜਾ ਹੈ, ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਫੱਗਣ ਦੀ ਸੰਗਰਾਂਦ ਦਾ ਦਿਹਾੜਾ ਹੈ, ਉੱਥੇ ਸਿੰਘ ਸਾਹਿਬ ਜੀ, ਸਿੰਘ ਸਾਹਿਬ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਜੋ ਉਹਨਾਂ ਦੇ ਸਰਪ੍ਰਸਤੀ ਹੇਠ ਭਾਈ ਲਖਵਿੰਦਰ ਸਿੰਘ ਜੀ, ਭਾਈ ਕਿਰਪਾ ਸਿੰਘ ਜੀ, ਜ਼ਿਲ੍ਹਾ ਪ੍ਰਧਾਨਾਂ ਨੂੰ, ਕੁਛ ਆਗੂਆਂ ਨੂੰ ਬੁਲਾਇਆ ਗਿਆ ਹੈ, ਉੱਥੇ ਮੀਟਿੰਗਾਂ ਚੱਲ ਰਹੀਆਂ ਨੇ, ਜਿੱਥੇ ਬਹੁਤ ਵੱਡਾ ਕਾਫਲਾ, ਕੋਈ ਜਿਵੇਂ 26 ਤਰੀਕ ਤੋਂ ਬਾਹਰ ਕੋਈ ਕਰਵਟ ਆਈ ਸੀ ਕਿ ਸਮੇਂ ਨੇ ਕਰਵਟ ਲਈ ਸੀ, ਥੋੜ੍ਹੀ ਜਿਹੀ ਢਲਿਆਈ ਜੀ ਆ ਗਈ ਕਿ ਕਈ ਨੌਜਵਾਨਾਂ ਦੇ ਵਿੱਚ ਇਹ ਡਰ ਭੈ ਦਾ ਥੋੜ੍ਹਾ ਜਿਹਾ ਹੋ ਗਿਆ ਕਿ ਸ਼ਾਇਦ ਇੱਥੇ ਪਤਾ ਨਹੀਂ ਕੀ ਹੋ ਗਿਆ, ਕੀ ਹੋ ਜਾਣਾ, ਕੀ ਹੋ ਜਾਣਾ, ਕਿਵੇਂ ਹੋ ਜਾਣਾ ਹੈ। ਤੋ ਸਾਧ ਸੰਗਤ ਜੀ, ਜੋ ਸਿੰਘ ਸਾਹਿਬ ਜੀ ਵੱਲੋਂ ਸਾਰੇ ਜਥੇਬੰਦੀ ਦੇ ਸਤਿਕਾਰ ਦੇ ਵਾਸਤੇ ਜੋ ਬਹੁਤ ਵੱਡਾ ਕਾਫਲਾ ਗੱਡੀਆਂ ਦਾ ਜਿਹੜਾ ਆਇਆ, ਮੁੜ ਕੇ ਦਮਦਮੀ ਟਕਸਾਲ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਵੱਲੋਂ ਬਹੁਤ ਵੱਡਾ ਜਥਾ ਭੇਜਿਆ ਗਿਆ, ਅਸੀਂ ਬੇਨਤੀ ਕਰਦੇ ਹਾਂ ਇੱਥੇ ਉਸੇ ਤਰ੍ਹਾਂ ਖੁਸ਼ੀਆਂ ਸੰਗਤਾਂ ਮਨਾ ਰਹੀਆਂ ਨੇ, ਅਤੇ ਵੱਧ ਚੜ੍ਹ ਕੇ ਭਾਵੇਂ ਰੋਸ ਹੈ ਪਰ ਖੁਸ਼ੀ ਦੇ ਨਾਲ ਸੰਗਤਾਂ ਆ ਰਹੀਆਂ ਨੇ, ਅਤੇ ਅਸੀਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਗੁਰੂ ਕੀ ਇੱਥੇ ਸੰਗਤਾਂ ਪਹੁੰਚਣ। ਅਤੇ ਫਿਰ ਵੀ ਅੱਜ ਸਿੰਘ ਸਾਹਿਬ ਜੀ ਉੱਥੇ ਬਹੁਤ ਵੱਡੀ ਮੀਟਿੰਗ ਕਰ ਰਹੇ ਆ, ਗੁਰੂ ਕੀ ਸੰਗਤਾਂ ਨੇ ਲਿਆਉਣ ਵਾਲੇ ਸਾਰੇ ਸਤਿਕਾਰਯੋਗ ਬਾਬਾ ਬੂਟਾ ਸਿੰਘ ਜੀ, ਜੋ ਜਿੱਥੇ ਰੋਡੇ ਜਨਮ ਸਥਾਨ 'ਤੇ ਤਾਨਵਾ ਧਾਨਾ ਸੰਗਤਾਂ ਦੀ ਸੇਵਾ ਕਰਦੇ ਆ, ਉੱਥੇ ਜਿਹੜੇ ਕੁਝ ਸਿੰਘ ਆ ਰਹੇ ਨੇ ਉਹਨਾਂ ਵਾਸਤੇ ਕੰਬਲਾਂ ਦੀ ਸੇਵਾ ਵਿਛਾਈ ਵਾਸਤੇ ਪਹਿਲਾਂ ਹੀ ਇਹਨਾਂ ਨੂੰ ਸੰਗਤਾਂ ਫੋਨ ਕਰ ਦਿੰਦੀਆਂ ਨੇ, ਇਹ ਵੀ ਧਨਵਾ ਸੇਵਾਵਾਂ ਨਿਭਾ ਰਹੇ ਨੇ। ਸੋ ਸਤ ਬਾਬਾ ਸਤਨਾਮ ਸਿੰਘ ਜੀ ਵੱਲੀਆਂ ਵਾਲੇ, ਬਾਬਾ ਜੋਗਿੰਦਰ ਸਿੰਘ ਜੀ ਆਹ ਵੇਖੋ, ਇਹ ਮਤਲਬ ਉਹਨਾਂ ਨੇ ਇਹ ਪਜਾਮੇ ਟੰਗੇ ਆ, ਸੇਵਾ ਨਿਭਾ ਰਹੇ ਆ। ਸੋ ਇੱਥੇ ਬਾਬਾ ਜੀ ਦਾ ਆਸਣ ਸਾਡਾ ਮੋਦੀਖਾਨਾ ਬਣਿਆ, ਜਿੱਥੇ ਬਾਬਾ ਸਤਨਾਮ ਸਿੰਘ ਜੀ ਤਨਮ ਧਾਨਾ ਸੇਵਾਵਾਂ ਨਿਭਾ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹ ਸਾਰੇ ਜਥੇਬੰਦੀ ਦੇ
ਸੀਸ ਤੇ ਮਿਹਰ ਭਰਿਆ ਹੱਥ ਰੱਖਣ। ਮੈਂ ਇੱਕ ਮਿੰਟ ਵਾਸਤੇ ਸੰਤ ਬਾਬਾ ਸਤਨਾਮ ਸਿੰਘ ਵੱਲੀਆਂ ਵਾਲਿਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਜੋ ਇਹ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਗਈ ਹੈ ਅਤੇ ਸੰਤ ਬਾਬਾ ਸਤਨਾਮ ਸਿੰਘ ਵੱਲੀਆਂ ਵਾਲੇ ਵੀ ਕੁਝ ਜਾਣਕਾਰੀ ਦੇਣ। ਸੋ ਬੜੀ ਖੁਸ਼ੀਆਂ ਦੇ ਨਾਲ ਅੱਜ ਮੀਟਿੰਗ ਸਾਡੀ ਰੋਡੇ ਵਿਖੇ ਵੀ ਰੱਖੀ ਹੈ ਹੋਰ ਸੰਗਤਾਂ ਨੂੰ ਪ੍ਰੇਰਨਾ ਦੇਣ ਵਾਸਤੇ। ਅਸੀਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਗਰਾਊਂਡ ਲੈਵਲ ਤੋਂ ਆਪ ਸਾਰੀਆਂ ਸੰਗਤਾਂ ਪਹੁੰਚਣ। ਇੱਕ ਸਵੇਰੇ ਵੀ ਬੇਨਤੀ ਕੀਤੀ ਗਈ ਸੀ ਸਟੇਜ 'ਤੇ ਅਤੇ ਕਿ ਇਹ ਜਿਹੜੇ ਸਾਡੇ ਟਰਾਲੀਆਂ ਦੇ ਵਿੱਚ ਨੌਜਵਾਨ ਸਿੰਘ ਬੈਠੇ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ। ਇੱਥੇ ਵੇਖੇ ਜਥੇਬੰਦੀਆਂ ਸਾਰੀਆਂ ਵੱਲੋਂ ਗੁਰੂ ਕੇ ਲੰਗਰ ਵਨਸਵਾਨੇ ਚੱਲ ਰਹੇ। ਮੈਂ ਹੁਣੇ ਦੱਸਿਆ ਵਨਸਵਾਨੇ ਜਲੇਬਾਂ ਦੇ ਲੰਗਰ ਚੱਲ ਰਹੇ ਨੇ ਪਕੌੜਿਆਂ ਦੇ ਅਤੇ ਜਿਹੜੇ ਟਰਾਲੀਆਂ ਨੌਜਵਾਨ ਜਾਂ ਤਾਸ਼ਾਂ ਜਾਂ ਕੋਈ ਸ਼ਰਾਬ ਜਾਂ ਦਾਰੂ ਉਹਨੂੰ ਹੱਥ ਜੋੜ ਕੇ ਬੇਨਤੀ ਇਹ ਕੰਮ ਨਾ ਕਰੋ। ਜੇ ਸਾਨੂੰ ਬਾਅਦ ਵਿੱਚ ਕਿਸੇ ਨੂੰ ਪਤਾ ਲੱਗ ਗਿਆ ਕਹਿੰਦੇ ਇਹ ਤਾਂ ਸ਼ਰਾਬਾਂ ਪੀਂਦੇ ਰਹੇ ਸਾਡਾ ਨਾਮ ਬਦਨਾਮ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਨੌਜਵਾਨੋ ਸਿੰਘੋ। ਪਰ ਜਿਹੜੇ ਆਹ ਕੁਛ ਆਪਾਂ ਕਰਦੇ ਹਾਂ ਤੁਹਾਡੇ ਵਾਸਤੇ ਗੁਰੂ ਕੇ ਲੰਗਰ ਚੱਲ ਰਹੇ ਨੇ, ਤੁਹਾਡੇ ਵਾਸਤੇ ਬੇਅੰਤ ਸੰਤ ਮਹਾਤਮਾ ਮਹਾਂਪੁਰਖ ਲੰਗਰ ਚਲਾ ਰਹੇ ਨੇ ਅਤੇ ਬਾਣੀ ਅਤੇ ਬਾਣੇ ਦੇ ਨਾਲ ਆਪਾਂ ਧਾਰਨੀ ਹੋਏ ਅੰਮ੍ਰਿਤ ਛਕੀਏ। ਜਿਵੇਂ ਇੱਥੇ ਦਾਸ ਸਟੇਜ ਤੋਂ ਵੀ ਬੋਲ ਕੇ ਆਇਆ, ਬਾਬਾ ਜੀ ਹੋਣਾ ਦਾਸ ਨੂੰ ਭੇਜਿਆ ਸੀ ਕਿ ਇੱਥੇ ਵੇਖੋ ਜਿੱਥੇ ਗੁਰੂ ਕੇ ਲੰਗਰ ਚੱਲਦੇ ਨੇ, ਮੈਡੀਕਲ ਕੈਂਪ ਚੱਲ ਰਹੇ ਨੇ, ਦਸਤਾਰਾਂ ਦੇ ਲੰਗਰ ਚੱਲ ਰਹੇ ਨੇ, ਉੱਥੇ ਇੱਥੇ ਸੰਥਿਆ ਵੀ ਕਰਾਈ ਜਾ ਰਹੀ ਹੈ। ਇਹ ਸਾਡਾ ਵਿਹਲਾ ਪੈਣਿਆ ਗੁਰੂ ਕੀ ਬਾਣੀ ਜੋ ਦਮਦਮੀ ਟਕਸਾਲ ਵੱਲੋਂ ਇਹ ਮੁੱਖ ਆਦੇਸ਼ ਹੈ ਸ਼ੁੱਧ ਗੁਰੂ ਕੀ ਬਾਣੀ ਦੀ ਸੰਥਿਆ ਸੇਵਾ ਅਤੇ ਸਿਮਰ ਇਹ ਇੱਥੇ ਲੰਗਰ ਚਲਾਏ ਜਾ ਰਹੇ ਨੇ। ਸੋ ਇੰਨੀਆਂ ਕੁ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਹੈ। ਮੈਂ ਸੰਤ ਬਾਬਾ ਸਤਨਾਮ ਸਿੰਘ ਵੱਲੀਆਂ ਵਾਲਿਆਂ ਨੂੰ ਬੇਨਤੀ ਕਰੂੰਗਾ, ਸਾਡੇ ਪੰਜਾਬ ਦੇ ਧਾਰਮਿਕ ਵਿੰਗ ਦੇ ਪੰਜਾਬ ਪ੍ਰਧਾਨ ਨੇ, ਉਹ ਵੀ ਕੁਛ ਇਹ ਵਿਚਾਰ ਆਪ ਜੀ ਦੇ ਸਨਮੁਖ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਜਿਸ ਤਰ੍ਹਾਂ ਭਾਈ ਸੱਜਣ ਸਿੰਘ ਜੀ, ਬਾਬਾ ਸੱਜਣ ਸਿੰਘ ਜੀ ਇੰਟਰਨੈਸ਼ਨਲ ਪੰਥਕ ਦਲ ਧਾਰਮਿਕ ਵਿੰਗ ਪੰਜਾਬ ਸਲਾਹਕਾਰ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਜੋ ਜ਼ਿਲ੍ਹਾ ਪ੍ਰਧਾਨ ਵੀ ਨੇ, ਇਹਨਾਂ ਨੇ ਬਹੁਤ ਸੇਵਾਵਾਂ ਜਥੇਬੰਦੀਆਂ ਨੂੰ ਦਿੱਤੀਆਂ ਆ, ਸਾਡੇ ਸਤਿਕਾਰਯੋਗ ਨੇ ਜਿਸ ਤਰ੍ਹਾਂ ਇਹਨਾਂ ਦੱਸਣਾ ਕੀਤਾ ਆ। ਮੈਂ ਕੁਛ ਸ਼ਬਦਾਂ ਦੇ ਵਿੱਚ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ ਕਿਉਂਕਿ ਸਭ ਕੁਝ ਇਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਦੱਸ ਦਿੱਤਾ ਸੰਗਤਾਂ ਨੂੰ। ਮੈਂ ਬੇਨਤੀ ਇਹ ਕਰਨਾ ਚਾਹੁੰਦਾ ਖਾਸ ਕਰਕੇ ਜਿੰਨੀਆਂ ਵੀ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਦੇ ਸੰਗਤਾਂ ਵਿਚਰ ਰਹੀਆਂ ਨੇ, ਇਸ ਸੰਘਰਸ਼ ਦੇ ਵਿੱਚ ਅੰਦੋਲਨ ਕਰ ਰਹੀਆਂ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ। ਬੇਨਤੀ ਇਹ ਆ ਕਿ ਗੁਰਸਿੱਖੋ ਸੰਗਤ ਜੀ, ਜਿਸ ਤਰ੍ਹਾਂ ਆਪਾਂ ਅੰਦੋਲਨ ਦੇ ਵਿੱਚ ਆਏ ਹਾਂ, ਆਪਾਂ ਸੰਘਰਸ਼ ਕਰਨ ਵਾਸਤੇ ਆਏ ਹਾਂ ਇੱਥੇ, ਇਹ ਸੰਘਰਸ਼ ਦੇ ਦੌਰਾਨ ਜਿੱਥੇ ਸਮਾਜ ਸੇਵਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਕਿਸਾਨ ਵੀਰਾਂ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰ ਲਾਏ ਗਏ ਨੇ, ਤਰ੍ਹਾਂ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਸਟੇਜ ਤੋਂ ਵੀ ਭਾਈ ਸਾਹਿਬ ਨੇ ਬੋਲਿਆ ਸੀ ਅੱਜ, ਮੈਂ ਰਾਤ ਵੀ ਇਹ ਸਲਾਹ ਕੀਤੀ ਸੀ ਕਿ ਆਪਾਂ ਲਾਈਵ ਹੋ ਕੇ ਬੇਨਤੀ ਕਰਨੀ ਆ। ਬੇਨਤੀ ਇਹ ਕਰਨੀ ਆ ਕਿ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਲੰਗਰ ਲਾਏ ਨੇ, ਇਹ ਕੇਵਲ ਅਤੇ ਕੇਵਲ ਕਿਸਾਨ ਵੀਰਾਂ ਦੇ ਸਤਿਕਾਰ ਵਜੋਂ ਲਾਏ ਨੇ, ਇਹਨਾਂ ਦੇ ਸੇਵਾਵਾਂ ਵਿੱਚ ਲਾਏ ਨੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਲੰਗਰ ਅਸੀਂ ਜਿਹੜੇ ਲਾਏ ਆ, ਇਹ ਲੰਗਰ ਇਸ ਕਰਕੇ ਲਾਏ ਕਿ ਆਪ ਜੀ ਨੂੰ ਪ੍ਰਸ਼ਾਦਾ ਵੀ ਨਾ ਪਕਾਉਣਾ ਪਵੇ, ਟਰਾਲੀਆਂ ਥੱਲੇ ਚੁੱਲ੍ਹੇ ਨਾ ਬਾਲਣੇ ਪੈਣ, ਅਸੀਂ ਸੇਵਾਵਾਂ ਕਰੀਏ, ਅਸੀਂ ਤੁਹਾਡੀ ਸੇਵਾ ਵਿੱਚ ਤਤਪਰ ਰਹੀਏ, ਲੰਗਰ ਪ੍ਰਸ਼ਾਦਾ ਹਰ ਤਰ੍ਹਾਂ ਦੀ ਜੋ ਤੁਸੀਂ ਆਖੋ ਸੇਵਾ ਅਸੀਂ ਕਰੀਏ। ਅਸੀਂ ਹੱਥ ਜੋੜ ਕੇ ਬੇਨਤੀ ਕਰਨੇ, ਸੰਘਰਸ਼ ਸਾਡਾ ਤਾਂ ਹੀ ਆ ਜੇ ਅਸੀਂ ਟਰਾਲੀਆਂ 'ਚੋਂ ਨਿਕਲ ਕੇ ਪ੍ਰਸ਼ਾਦਾ ਅਸੀਂ ਪਕਾਵਾਂਗੇ, ਸਗੋਂ ਤੁਸੀਂ ਛੱਕ ਕੇ ਅਤੇ ਸਟੇਜ 'ਤੇ ਹਾਜ਼ਰ ਹੋਈਏ, ਸਟੇਜ 'ਤੇ ਆਪਣਾ ਮੋਦੀ ਸਰਕਾਰ ਨੂੰ, ਸਮੇਂ ਦੀ ਸਰਕਾਰ ਨੂੰ ਆਪਣਾ ਕੱਟ ਵਿਖਾਈਏ, ਸੰਘਰਸ਼ ਲੜਨ ਦੀ ਤਾਕਤ ਰੱਖੀਏ। ਅਸੀਂ ਤੁਹਾਡੀ ਸੇਵਾ ਕਰਦੇ ਹਾਂ, ਲੰਗਰਾਂ ਦੇ ਰਾਹੀਂ ਹਰ ਤਰ੍ਹਾਂ ਦੀ ਸੇਵਾ ਕਰਾਂਗੇ, ਤੁਹਾਡੇ ਚਰਨਾਂ ਵਿੱਚ ਸਾਡੀ ਹਰ ਤਰ੍ਹਾਂ ਦੀ ਸੇਵਾ ਤੁਸੀਂ ਮਨਜ਼ੂਰ ਕਰਿਓ ਜੇ, ਪਰ ਸਾਡੀ ਬੇਨਤੀ ਮਨਜ਼ੂਰ ਕੀ 26 ਦਸੰਬਰ ਤੋਂ ਪੰਜਾਬ ਤੋਂ ਲੰਮੇ ਸਮੇਂ ਤੋਂ 25-26 ਦੀ ਕਾਲ ਤੋਂ ਅਸੀਂ ਇੱਥੇ ਪੰਜਾਬ ਤੋਂ ਇੱਥੇ ਆਏ ਹਾਂ, ਉਸ ਦਿਨ ਤੋਂ ਟਰਾਲੀਆਂ ਲੈ ਕੇ ਇੱਥੇ ਆਏ ਹਾਂ ਸੰਘਰਸ਼ ਕਰਨ। ਉਸ ਦਿਨ ਤੋਂ ਲੈ ਕੇ ਤਕਰੀਬਨ 200 ਦੇ ਕਰੀਬ ਮੇਰੇ ਹਿਸਾਬ ਨਾਲ ਜਿਹੜਾ ਅਸੀਂ ਨੌਜਵਾਨ ਬਜ਼ੁਰਗ ਸ਼ਹੀਦ ਕਰਵਾ ਚੁੱਕੇ ਹਾਂ ਕਿ ਅਸੀਂ ਇੱਥੇ ਕੋਈ ਵਿਆਹ ਨਹੀਂ ਆਏ ਕਿ ਟਰਾਲੀਆਂ ਦੇ ਵਿੱਚ ਪਿੰਡਾਂ ਤੋਂ ਸ਼ਰਾਬਾਂ ਲੈ ਕੇ ਆਉਣੇ ਆ, ਸ਼ਰਾਬਾਂ ਪੀਂਦੇ ਹਾਂ, ਤਾਸ਼ਾਂ ਖੇਡਦੇ ਹਾਂ, ਮੀਟ ਖਾਂਦੇ ਹਾਂ, ਸਾਈਂ ਬੇਨਤੀ ਇਹ ਕਰਦੇ ਲੰਗਰ ਅਸੀਂ ਪਕਾਵਾਂਗੇ, ਸਗੋਂ ਤੁਸੀਂ ਪਰ ਸਟੇਜ 'ਤੇ ਜਾ ਕੇ ਉੱਥੇ ਪੰਡਾਲ ਵਿੱਚ ਬੈਠ ਕੇ ਵੱਡੇ ਵੱਡੇ ਆਗੂ ਜਿਹੜੇ ਆਪਣੇ ਕੋਲ ਆ ਰਹੇ ਨੇ, ਮੈਂ ਵੇਖਿਆ ਕਿ ਜਿਹੜੇ
इंटरनेशनल पद्धर के साडे आगू 2 मिनट रिक्वेस्ट ना टाइम मंगते हैं, बेनती करते कि सानू 2 मिनट टाइम दिता जाए। ताड़ी अंतरराष्ट्रीय स्टेज आ, साड़ी गल जी आ सारे वर्ल्ड तक जाती है। तो जे आप असं प्रशादा छा के लंगर लंगर छा के ट्रालिया च बैठ के ताशा खेडा, मीट खावे, शराबा पीवे, ये सानू फिर खुशी की गल होगी। असं आए हैं रोस जिताने वास्ते। असी 200 के करीब आपका नौजवान बच्चा बुढ़ा शहीद करवा लिया घोड़े, गुरु के लाला ने, गुरु क्या फौजा ने, निहंग सिंह फौजा ने घोड़े शहीद करवा ले। ये किहदे वास्ते करवाए? साडे वास्ते, किसानां वास्ते। ते जे असीं बैठ के ट्रालियां विच ताशां खेडांगे, सारा समां स्टेज ते ना पहुंचांगे, आए आगुआं दे विचार ना सुणांगे, ते फिर असीं जित प्राप्त कितना करांगे? जित प्राप्त तां ही होणी आ जे आपां एकता दे नाल, क्योंकि असीं तुहाडियां सेवावां हर सेवावां विच हाजिर आं, तुहाडे सहयोग दे नाल, देश विदेश दीआं संगतां दे सहयोग दे नाल। क्योंकि इत्थे मैं कहणी गल अतकथनी नहीं समझूंगा, विदेश दे विच जिहड़े सिख बैठे ने वो तत्पर ने हर तरह ताड़ी सेवा दे विच तत्पर ने। वो आप करोना दे करके एक मजबूरी कारण विदेशों में बैठे ने, पर उन्हां दा जिहड़ा जिगरा है, उन्हां दा दिल जिहड़ा है, वो इत्थे भड़क रहा है, इत्थे विचर रहा है समय समय ते। हरे रोजाना ही पता नहीं किन्ने फोन दास नूं वी आउंदे आ, जथेबंदी सिंघां नूं, होरनां नूं वी आउंदे आ कि असीं हर तरह की सेवा दे विच हाजर हां, पर असीं पहुँच नहीं सकते, साडी मजबूरी आ। पर असीं वी उन्हां नूं कुछ, जे असीं वो तन मन धन दे नाल सेवा करदे आ, असीं वी उन्हां दीआं सेवावां जिहड़ियां करदे आ उन्हां नूं बूर पाईए। आपां फतेह जिहड़ी आ प्राप्त करके चलीए। फतेह प्राप्त तां होगी जे आपां एका होगा, एका तां होगा जे आपां अपनीआं ट्रालियां चों निकल के, कारां चों निकल के, अपने टेंटां चों निकल के, वीरां घत्तीए रोजाना ही आप समा बनीए, नहा धो के, इनान करके, बाणी पढ़ के, नितनेम करके, आप स्टेज पर जाके उत्थे आए हुए आगुआं दे विचार सुनीए। तो मैं कहना विचार सुनने नहीं, तुसीं अपना टाइम लिखाओ, तुसीं विचार दसो भी अपने। उत्थे कोई पाबंदी नहीं कि उत्थों कोई बोल नहीं सकता। हरेक बंदा जिहड़ा है प्रचारक आ, हरेक सिख प्रचारक आ, हरेक किसान प्रचारक आ। मैं बेनती फिर दोबारा करदा कि आप अपने रजेवें छड के, जे घर छड्डे, परिवार छड्डे, बच्चे छड्डे, कारोबार छड्डे आ, इत्थे आण के जिहड़ा नेकी दा काम करिए। इन्नियां गल्लां करदियां, इन्ने विचार सांझे करदियां, वध घट बोलदियां, खिमा दा जाचकियां। वाहिगुरू जी का खालसा, वाहिगुरू जी की फतेह। धन्यवाद जी संत बाबा सतनाम सिंह जी वलियां वालियां दा। एक बेनती खास है, जिन्नियां भी बेनतियां स्टेज तो जां इत्थे दासां वल्लों बाबा जी वल्लों कीती गई है कि ट्रालियां दे विच बैठ के कि नौजवान ये नशा पत्ता करदे, को नौजवान ही बजुर्ग भी है, ये चीज़ का गुस्सा ना करो। इत्थे आ के बहुत वड्डी संगत ने स्टेज पर भी दस्या, सानू भी कहा, बाबा जी कोल भी आए भी आ जिहड़ा कार्ज हो रहा है ये कार्ज आपां ना करिए, कि उच्ची उच्ची जिहड़े अपने गाने भी चल रहे वो भी संकोच करिए। ते आप कहो सोशल मीडिया मोबाइल तुहाडे कोल जे कितें दिल सुणनू करदा तुसीं सुणो, पर ये खिमा भी सानू करना। ये कहा गया है भी ये तुसीं ये लफ्ज जरूर कहो कि जारी स्टेज ते कई बार बहुत संगत घट हुंदी है, वो साडा जिहड़ा सिनेहा है वो चंगा नहीं जांदा, भी संगत तां वाधू आ, ट्रालियां भी बहुत ज़्यादा ने, पर ट्रालियां चो उतर के सानू उत्थे हाजरी जरूर भरनी चाहीदी है। गुस्सा ना कोई वीर करे, सारे नहीं भी सारी ट्रालियां शराब पींदे होणगे, कई लोग ने जिहड़े उह इह करदे ने, ना सारिआं दा बदनाम हुंदा है। इस करके खिमा भी करिओ, इह जरूरी बेनतियां करनियां, संगत वल्लों हुक्म लगा है भी इह जरूर बेनती करो। वाहिगुरू जी का खालसा, वाहिगुरू जी की फतह। आपको सत श्री अकाल, अपने वीरों को मैं यही विचार रखना चाहती हूँ, जैसे अभी मेरे वीर ने बोला है कि ये ओखा काम ना करो जिससे मेरे वीरों का सर नीचे झुके। मेरा नाम समीम चौधरी है और मैं 2 महीना 10 दिन से कल मैंने नींद पाई है, और वो भी 2 घंटे। मैंने कसम खा रखी है रात और दिन जागने की और लोगों को जोड़ने की। खाली मैं बेड़े नाल नहीं रहती हूँ ज़्यादा, और मैं गांव-गांव से महिलाओं को इकट्ठा करने का काम भी कर रही हूँ कि वीरों की साथ अगर रहोगी तो ये गलत काम भी नहीं करेंगे। बहुत सा आदमी ऐसा होता है कि उसको उसके बिगर नींद ही नहीं आती है, तो हमारी हाथ जोड़ के विनती है वो घर नाल रहे, या वो आदमी रहे जो फख्र से सर उठा के हमारे 50 आदमी बोल सकें हम मजबूत हैं, हम मजबूत हैं हर चीज़ से, हमारे भीड़े बीच कोई आदमी गलत काम नहीं करता। तो कहने का मतलब है, मेरी विनती है, अनुरोध है, मैं तो अपने वीरों के बीच में एक फकीर बन के जीना चाहती हूँ कि जितनी मेरे से इनको खिदमत लेनी है मैं इनकी खिदमत करने को तैयार हूँ। और जो एक हमारे मीडिया के लोग कहते हैं
कि भाई मीडिया में तो तुम्हारे 10 ये पंडाल बन गए, तुम्हारे मंच बन गए 10। हमारे पूरे भारत में 1,00,000 मंच हैं, हमारी आवाज़ एक है। जो हमारे 40 मेंबर हैं उनकी जो आवाज़ निकलेगी, जो सिपाहियों को आदेश दिए जाएंगे, सिपाही उस आदेश के आदेश का पालन करके चलेगा। तो हमें ऐसे सिपाहियों को मजबूत करने हैं जो एक आवाज़ हमारे जो बैठे हैं मंच पे वो आदेश करने का हम प्रयास करें कि कब उनके आदेश निकलें और हम निकलें देश देश और हम लाला के यहाँ पे अपने मांग को पूरी करवा सकें जल्दी से जल्दी, ताकि मोदी हमारा भाई, हम हाथ जोड़ के फिर विनती करते हैं हमारे वीरों को इतना ना सता। आँखों पे पट्टी मत बांध, भैरा भी मत बन, गुंगा भी मत बन, देख ले इन्हें आँख खोल के 70-70, 80-80 साल के बंदे और तेरी खिदमत में लगे हुए हैं और तेरे नाल इतने अच्छी तरीके से अपना एक वो दिखा रहे हैं कि देखो ऐसे खिदमत होती है, दिल से ऐसे होती है, दिल से खिदमत, ऐसे लंगर जारी होती है। क्या इनको क्या लालच है, ये भी अपने घर में अपने बेड़े में बच्चों में खुश रह सकते हैं, यहाँ ठंडी में मरने का क्या शौक है। हमारे भी बच्चे हैं, हमारे भी आदमी हैं, हमारे भी परिवार है, कारोबार भी छोड़ा, बच्चे भी छोड़ रखे हैं, क्या घर में याद नहीं आते। लेकिन नहीं, हम ये सोच रहे हैं हमारे वीरों का ये फकर से पगड़ी ऐसी बन के जाए जो पंजाब और हरियाणा और पूरा भारत ये कहे कि वाक्य में मेरे वीरों ने कोई काम किया है और वीर तेरा नाम ले सकें हम। अपने वापिस ले ले शब्दों को और हमें लिख के दे दे, मुँह जबानी नहीं लिखतम के आगे बख्तम कुछ नहीं है, हमें लिख के दे देगा, हमें आश्वासन रहेगा हमारे वीर ने लिख के दे दिया। लेकिन थोड़ी तकलीफ एहसास कर कि कैसी कैसी ठंडियों में यहाँ पड़े हैं, यहाँ यह कोई बिकाऊ नहीं है। लोग कहते हैं बिक्री के लोग बैठे हैं, हम पानी पी के खुश नहीं है यहाँ का, हमारे वीरों का खून यहाँ दरस रहा है, आत्मा से खिदमत कर रहे हैं, दिल से खिदमत कर रहे हैं ये लोग। हमें तकलीफ होती है, हमारा लहू जलता है कि इतना कठोर और इतना तानाशाही क्यों, क्यों है इतनी तानाशाही, क्या अपनी बेइज्जती महसूस कर रहे हो, अपने शब्दों की महसूस मत करो, बेइज्जती महसूस मत करो, अपने वीरों का भला करो। 1 करोड़ आज भारत के अंदर लोग मंच उतर गए हैं रोड पे, राकेश टकेत एक ये नहीं है कि फर्जी है या यहाँ के वीर फर्जी हैं, सारे ओरिजिनल हैं। उनके आई कार्ड देखो, उनके आधार कार्ड देखो, उनके पैन कार्ड देखो, हर चीज से मजबूत हैं, कम्बल भी दे रहे हैं, खाना भी दे रहे हैं। यहाँ के लोग कम से कम 10-10 गांव के लोग, 20-20 गांव के लोग यही पेट अपना भर रहे हैं, वो हमारा नहीं खा रहे, अपनी किस्मत का खा रहे। लेकिन अच्छे नाल खा के जाओ, हमारे वीरों की बेइज्जती भी मत करो, हमारे वीरों का सर फकर से ऊंचा हो, हमें वो गर्व होना चाहिए। इसी के नाल मैं अपनी वाणी को विदान देती हूँ और रिक्वेस्ट करती हूँ पूरे भारत से, पूरे भारत की नारियों से कि गांव-गांव जाके अपना जागरूकता फैलाओ और मंच के माध्यम से नहीं, पंचायत के माध्यम से एक ऐसा इंकलाब हमें तैयार करना है कि मोदी को झुकना पड़ेगा, मोदी अपना बिल वापसी लेगा। हमें नहीं अच्छा लग रहा तो कर दे वापिस, हमें तो नहीं अच्छा लग रहा, किसानों को नहीं अच्छा लग रहा, वो का 3 काले कानून क्या है, हमें नहीं अच्छे लग रहे मेरे वीरा, कर दे, हम इस धरती माता की कसम खा रहे, कर दे, हमें इसी में जीने दे, हमें इसमें ही मलिन रहेंगे, लोगों का भी भला करेंगे और तेरा भी भला करेंगे। हमने तेरा भला करा जब तो शीशे के बंगले में, काले शीशे के बंगले में बिठा दिया तो तुझे दिख नहीं रहा। इसके लिए मैं समा चाहती हूँ, इंकलाब इंकलाब, भारत के किसान जिंदाबाद।